ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹੁਣੇ-ਹੁਣੇ ਕਾਂਗਰਸ ਦੇ ਮੁੱਖ ਮੰਤਰੀ ਬਾੜੀ ਸਿੱਧੂ ਵੱਲੋਂ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਏਵੀਬੀ ਸਾਂਝਾ ਨਾਲ ਖਾਸ ਗੱਲਬਾਤ ਕਰਦੇ ਕਹਿਆ ਹੈ ਕਿ ਸੀਐਮ ਫੇਸ ਬਾਰੇ ਪਾਰਟੀ ਹਾਇਕ ਮੰਨਿਤ ਜੋ ਵੀ ਫੈਸਲਾ ਹੋਏਗਾ ਮਨਜ਼ੂਰ ਹੋਏਗਾ ਅਮੇਸਰ ਪੂਰਬੀ ਤੋਂ ਕਾਂਗਰਸ ਦੀ ਉਮੀਦਵਾਰ ਨਵਜੋਤ ਸਿੱਧੂ ਨੇ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦੌਰਾਨ ਕਿਹਾ ਹੈ ਕਿ ਮਜੀਠਿਆ ਨੂੰ ਇਸ ਗਾਲੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਤਾਂ ਜੋ ਸਿੱਧੂ ਨੂੰ ਉਲਝਾਇਆ ਜਾ ਸਕੇ ਪਰ ਸਿੱਧੂ ਉਲਝਿਆ ਨਹੀਂ ਉਹਨਾਂ ਕਹਿਆ ਹੈ ਕਿ ਸਾਰੇ ਚੋਰ ਡਾਕੂ ਇਕੱਠੇ ਹੋਏ ਸਨ ਤੇ ਸ਼ਹਿਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸਿੱਧੂ ਤੋਂ ਡਰ ਖਾਂਦੇ ਹਨ ਸਿੱਧੂ ਨੇ ਸਭ ਕੁਝ ਸਹਿਆ ਹੈ ਸ਼ਹਿਰ ਲਈ ਸਭ ਕੁਝ ਦਾਤੇ ਲਾਇਆ ਹੈ ਉਹਨਾਂ ਨੇ ਕਿਹਾ ਕਿ ਮਚੀਠਿਆ ਦਸਕਰਾਂ ਦੇ ਫੈਸਲੇ ਕਰਵਾਉਂਦਾ ਸੀ ਤੇ ਉਹ ਵਿਅਕਤੀ ਹਨ ਜਿਨ੍ਹਾਂ ਨੇ ਇੱਕ ਪੀੜੀ ਖਤਮ ਕਰ ਦਿੱਤੀ ਹੈ ਸਿੱਧੂ ਨੇ ਕਿਹਾ ਕਿ ਪਿਛਲੇ 5 ਸਾਲ ਮਾਫੀਆ ਇਸ ਕਰਕੇ ਖਤਮ ਨਹੀਂ ਹੋਇਆ ਕਿਉਂਕਿ ਕੈਪਟਨ ਖੁਦ ਮਾਫੀਆ ਸੀ ਤੇ ਹਿੱਸੇਦਾਰੀ ਲੈਂਦੇ ਰਹੇ ਇਸ ਕਰਕੇ ਕੈਪਟਨ ਨੂੰ ਉਤਾਰਿਆ ਹੈ ਉਨਾ ਕਹਾਈ ਕਿ ਸਿੱਧੂ 17 ਸਾਲ ਦੀ ਰਾਜਨੀਤੀ ਤੇ ਕੋਈ ਵੀ ਉਂਗਲ ਨਹੀਂ ਚੁੱਕ ਸਕਦਾ ਉਹਨਾਂ ਕਹੇ ਕਿ ਪਹਿਲਾ ਸੱਟ ਵਿਧਾਇਕ ਨੂੰ ਚੁਣਨਾ ਚਾਹੀਦਾ ਹੈ ਫਿਰ ਸੀਐਮ ਦੀ ਗੱਲ ਕਰੋ ਤੇ ਝੂਠ ਬੋਲ ਕੇ ਸਰਕਾਰ ਬਣਾਉਣੀ ਹੈ ਤੇ ਫਿਰ ਸਿੱਧੂ ਨਹੀਂ ਸਿੱਧੂ ਨੂੰ ਕਹੇ ਕਾਂਗਰਸ ਹਾਈ ਕਮਾਂਡ ਦੇ ਬੇਸਿਆਨੀ ਹੈ ਤੇ ਜੋ ਫੈਸਲਾ ਹਾਈ ਕਮਾਂਡ ਕਰੇ ਕਿਉਂ ਮੈਨੂੰ ਮਨਜ਼ੂਰ ਹੋਏਗਾ ਖਬਰ ਲਾ ਸਕਦੇ